इस वीडियो नू वेखन तो बाद दुकानदार भी सावधान हो जान क्योंकि जिना दुकाना दे अंदर एक गौशाला दा दान पात्र रख्या हुंदा है हुण चोरां दी अख इस दान पात्र ते पै गई है। ਅਤੇ ਹੁਣ ਇਹ ਤਾਜ਼ੀ ਘਟਨਾ ਸਾਹਮਣੇ ਆਈ ਹੈ ਜਦੋਂ ਇੱਕ ਮੈਡੀਕਲ ਦੁਕਾਨ ਦੇ ਅੰਦਰ ਚੋਰ ਵੜਦਾ ਹੈ ਤੇ ਦੁਕਾਨ ਮਾਲਕ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਦਿੰਦਾ ਹੈ ਤੇ ਗਊਸ਼ਾਲਾ ਦਾ ਦਾਨ ਪਾਤਰ ਮਿੰਟਾਂ ਸਕਿੰਟਾਂ ਦੇ ਵਿੱਚ ਚੁੱਕ ਕੇ ਫਰਾਰ ਹੋ ਜਾਂਦਾ ਹੈ ਅਤੇ ਇਹ ਸਾਰੀ ਵਾਰਦਾਤ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਚੋਰ ਜਿਸ ਹੱਥ ਦੇ ਨਾਲ ਦਾਨ ਪਾਤਰ ਨੂੰ ਚੁੱਕਦਾ ਹੈ ਤੇ ਉਸੇ ਹੱਥ ਦੇ ਨਾਲ ਦੁਕਾਨਦਾਰ ਦੇ ਅੱਖਾਂ ਦੇ ਵਿੱਚ ਮਿਰਚਾਂ ਵੀ ਪਾ ਦਿੰਦਾ ਹੈ ਅਤੇ ਮਿੰਟਾਂ ਸਕਿੰਟਾਂ ਦੇ ਵਿੱਚ ਚੋਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਚੋਰ ਦੁਕਾਨ 'ਚ ਜਿਵੇਂ ਹੀ ਐਂਟਰ ਕਰਦਾ ਹੈ ਉਸੇ ਵੇਲੇ ਆਪਣੀ ਕਾਰਵਾਈ ਨੂੰ ਤੇਜ਼ੀ ਨਾਲ ਅੰਜਾਮ ਵੀ ਦਿੰਦਾ ਹੈ ਅਤੇ ਗਊਸ਼ਾਲਾ ਦਾ ਦਾਨ ਪਾਤਰ ਚੁੱਕ ਕੇ ਫਰਾਰ ਹੋ ਜਾਂਦਾ ਹੈ ਅਤੇ ਦੁਕਾਨਦਾਰ ਆਪਣੀਆਂ ਅੱਖਾਂ ਹੀ ਮਲਦਾ ਰਹਿ ਜਾਂਦਾ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਦੋ ਚੋਰ ਜੋ ਮੋਟਰਸਾਈਕਲ ਤੇ ਆਉਂਦੇ ਨੇ ਇਹਨਾਂ ਵਿੱਚੋਂ ਇੱਕ ਦੁਕਾਨ ਦੇ ਵਿੱਚ ਐਂਟਰ ਹੁੰਦਾ ਹੈ ਤੇ ਦੂਜਾ ਦੁਕਾਨ ਦੇ ਬਾਹਰ ਖੜ ਜਾਂਦਾ ਹੈ ਤੇ ਜਿਵੇਂ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੋਵੇਂ ਮੋਟਰਸਾਈਕਲ ਤੇ ਬੈਠ ਕੇ ਫਰਾਰ ਹੋ ਜਾਂਦੇ ਨੇ। ਦੁਕਾਨਦਾਰ ਨੇ ਦੱਸਿਆ ਹੈ ਕਿ ਉਸਦੇ ਦਾਨ ਪਾਤਰ ਦੇ ਵਿੱਚ ਕਰੀਬ 4000 ਰੁਪਏ ਦੀ ਨਗਦੀ ਪਈ ਸੀ। ਇਹ ਵਾਰਦਾਤ ਮੋਗਾ ਦੇ ਫਿਰੋਜ਼ਪੁਰ ਰੋਡ ਤੇ ਸਥਿਤ ਇੱਕ ਮੈਡੀਕਲ ਦੁਕਾਨ ਤੋਂ ਸਾਹਮਣੇ ਆਈ ਹੈ ਜਿੱਥੇ ਚੋਰਾ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ, ਦਾਨ ਪਾਤਰ ਵੀ ਚੁੱਕਿਆ ਜਾਂਦਾ ਹੈ ਤੇ ਦੁਕਾਨਦਾਰ ਦੇ ਅੱਖਾਂ ਦੇ ਵਿੱਚ ਮਿਰਚਾਂ ਵੀ ਪਾ ਦਿੱਤੀਆਂ ਜਾਂਦੀਆਂ ਨੇ। ਮੈਂ ਦੁਕਾਨ ਤੇ ਬੈਠਾ ਸੀਗਾ ਜੀ, ਉਹ ਦੋ ਜਣੇ ਮੋਟਰਸਾਈਕਲ ਤੇ ਆਏ, ਇੱਕ ਆ ਕੇ ਅੰਦਰ ਆ ਗਿਆ, ਮੇਰੇ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ, ਦਾਨ ਪਾਤਰ ਗਊ ਵਾਲਾ ਸੀਗਾ ਉਹ ਚੱਕ ਕੇ ਲੈ ਗਿਆ। ਕਿੰਨੇ ਕੁ ਪੈਸੇ ਸੀ? 4000 ਰੁਪਇਆ ਰੇਟ ਸੀਗਾ। ਉਹ ਦੁਕਾਨ ਦੇ ਅੰਦਰ ਇੱਕ ਨਾ ਆਪਣਾ ਦਾਨ ਪਾਤਰ ਜੋ ਗਊਸ਼ਾਲਾ ਵਾਲਾ ਗੱਲਾ ਸੀ ਉਹਨੂੰ ਚੱਕ ਕੇ ਮਤਲਬ ਭੱਜ ਕੇ ਸੀਗੇ ਅਤੇ ਉਹਨਾਂ ਦੇ ਸੰਬੰਧ 'ਚ ਅਸੀਂ ਮੁਕੱਦਮਾ ਨੰਬਰ 180 ਦਰਜ ਕੀਤਾ ਜੀ ਅਤੇ ਉਹਨਾਂ ਬਾਰੇ ਮਤਲਬ ਕਿ ਹੁਣ ਜਿਹੜੇ ਦੋਸ਼ੀ ਆ ਉਹਨਾਂ ਬਾਰੇ ਅਸੀਂ ਪਰੂਫ ਕਰ ਲਿਆ ਜੀ, ਮੇਸੀ ਪਿੰਡ ਦੇ ਰਹਿਣ ਵਾਲੇ ਆ, ਉਹਨਾਂ ਦੇ ਰੇਡ ਕੀਤੇ ਜਾ ਰਹੇ ਆ, ਜਲਦੀ ਜਲਦੀ ਉਹਨੂੰ ਗ੍ਰਿਫਤਾਰ ਕੀਤਾ ਜੀ। ਪਰਚਾ ਦਰਜ ਕਰ ਲਿਆ ਜੀ? ਹਾਂਜੀ ਸਰ, ਪਰਚਾ ਦਰਜ। ਇਹ ਕਿੰਨੀ ਕੁ ਰਕਮ ਸੀ ਜੀ ਗੱਲ ਦੇ ਵਿੱਚ? ਇਹ ਕਰੀਬ 4000 ਰੁਪਇਆ ਦੱਸ ਰਹੇ। ਕੋਈ ਸੀਸੀਟੀਵੀ ਵੀ ਆਈ ਸਾਹਮਣੇ ਜੀ? ਧੁੰਦਲੀ ਜੀ ਆਈ ਜੀ, ਪਤਾ ਨਹੀਂ ਸੀ ਲੱਗ ਰਿਹਾ ਜੀ, ਆਈਡੈਂਟੀਫਾਈ ਕਰ ਲਏ ਬੰਦੇ ਮਿਸਤਰੀ ਦੇ ਆਏ ਜੀ।